ਦੇ ਨਾਮੀ ਕਰਾਣਿਆਂ ਦੀ ਮੈਂਬਰਸ਼ਿਪ ਵਾਲੇ ਕਲੱਬ ਸਤਲੁਜ ਕਲੱਬ ਦੀਆਂ ਚੋਣਾਂ ਕੜੇ ਸੁਰੱਖਿਅਤ ਪ੍ਰਬੰਧਾਂ ਦੇ ਚੱਲਦਿਆਂ ਸ਼ਾਂਤੀਪੂਰਵਕ ਢੰਗ ਨਾਲ ਨਿਖੇੜੇ ਚੜ ਗਈਆਂ। ਮੁੱਖ ਮੁਕਾਬਲਾ ਜਨਰਲ ਸਕੱਤਰ, ਬਾਰ ਸਕੱਤਰ ਅਤੇ ਕਲਚਰਲ ਸਕੱਤਰ ਦੀ ਸੀਟ ਦੇ ਵਿਚਕਾਰ ਦੇਖਣ ਨੂੰ ਮਿਲ ਰਿਹਾ ਸੀ। ਇਸ ਮੌਕੇ ਤੇ ਵੋਟ ਪਾਉਣ ਆਏ ਕਾਂਗਰਸੀ ਵਿਧਾਇਕ ਕੁਲਦੀਪ ਸਿੰਘ ਵੈਦ ਨੇ ਇਹਨਾਂ ਚੋਣਾਂ ਪ੍ਰਤੀ ਆਪਣੇ ਵਿਚਾਰ ਸਾਂਝੇ ਕੀਤੇ। ਉਮੀਦਵਾਰ ਤਾਂ ਹਮੇਸ਼ਾ ਹੀ ਵਧੀਆ ਹੋਣਾ ਚਾਹੀਦਾ ਹੈ, ਇਮਾਨਦਾਰ ਹੋਣਾ ਚਾਹੀਦਾ ਹੈ, ਇਹੋ ਜਿਹਾ ਉਮੀਦਵਾਰ ਹੋਣਾ ਚਾਹੀਦਾ ਜਿਹੜਾ ਲੋਕਾਂ ਦੀਆਂ ਜਿਹੜੇ ਸਾਡੇ ਸਤਲੁਜ ਕਲੱਬ ਦੇ ਮੈਂਬਰਸ ਹੈ ਜੋ ਚਾਹੁੰਦੇ ਆ ਉਹਨਾਂ ਦੇ ਜੋ ਵੱਧੇ ਹੋਣ ਉਹਦੇ ਉੱਤੋਂ ਪੂਰਾ ਉਤਰੇ। ਜਿਹੜੀ ਨਵੀਂ ਟੀਮ ਚੁਣੀ ਹੁੰਦੀ ਕੀ ਗਾਈਡਲਾਈਨਸ ਹੈ ਤੁਹਾਡੀ ਉਹਦੇ ਲਈ? ਦੇਖੋ ਜੀ, ਮੈਂ ਤਾਂ ਸ਼ੁਰੂ ਤੋਂ ਹੀ ਕਹਿੰਦਾ ਰਿਹਾ ਕਿ ਜਿਹੜੀ ਵੀ ਟੀਮ ਚੁਣੀ ਜਾਵੇ ਉਹਨੂੰ ਟਰਾਂਸਪੇਰੈਂਸੀ ਨਾਲ ਕੰਮ ਕਰਨਾ ਚਾਹੀਦਾ, ਨੋ ਹਿਡਨ ਏਜੰਡਾ, ਟਰਾਂਸਪੇਰੈਂਸੀ ਨਾਲ ਕੰਮ ਕਰੇ ਐਂਡ ਵਧੀਆ ਕੰਮ ਕਰੇ ਫੋਰ ਦਾ ਬੈਟਰਮੈਂਟ ਆਫ ਦਾ ਕਲੱਬ। ਲੁਧਿਆਣਾ ਤੋਂ ਯੋਗੇਸ਼ ਕਪੂਰ ਦੀ ਰਿਪੋਰਟ, ਚੈਨਲ 2।